ਨਮਸਕਾਰ ਖਬਰਾਂ ਦੇ ਸਬਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਮਨ ਸ਼ੰਕਰ ਪਹਿਲਾ ਪੇਜ ਨੇ ਚੌਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਸ਼ ਦੇ ਵੱਖ-ਵੱਖ ਸਟਾਰਟਅਪ ਨਾਲ ਗੱਲਬਾਤ ਹੋਣਗੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੀ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਸੂਬੇ ਵਿੱਚ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਗੰਤੰਤਰ ਦਿਵਸ ਮੌਕੇ ਸੂਬਾ ਪੱਧਰੀ ਸਮਾਰਗਮ ਸਭ ਤੋਂ ਜ਼ਿਆਦਾ ਅਜੀਤ ਸਿੰਘ ਨਗਰ ਵਿਖੇ ਕਰਵਾਇਆ ਜਾਵੇਗਾ। ਦੇਸ਼ ਭਾਰਤ ਵਿੱਚ ਅੱਜ ਭਾਰਤੀ ਸੈਨਾ ਦਿਵਸ ਮਨਾਇਆ ਜਾ ਰਿਹਾ ਹੈ। ਦੇਹੋਂ ਕਬਰਾ ਵਿਸਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਸ਼ ਦੇ ਸਟਾਰਟਅਪਸ ਨਾਲ ਰੂਬਰੂ ਹੋਣਗੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਭਾਰਤੀ ਸਟਾਰਟਅਪਸ ਉਦਮਾ ਨਾਲ ਗੱਲਬਾਤ ਕਰਨ ਦਾ ਮਕਸਦ ਉਹਨਾਂ ਨੂੰ ਕੌਮੀ ਲੋੜਾਂ ਦੀ ਪੂਰਤੀ ਲਈ ਨਵੀਨਤਾ ਨਾਲ ਸਹਿਯੋਗ ਦੇਣ ਲਈ ਉਤਸ਼ਾਹਿਤ ਕਰਨਾ ਹੈ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਗੱਲਬਾਤ ਸੈਸ਼ਨ ਵਿੱਚ ਖੇਤੀਬਾੜੀ ਸਿਹਤ ਪੁਲਾੜ ਸਨਤ ਸੁਰੱਖਿਆ ਫਿਨਟੈਕ ਅਤੇ ਵਾਤਾਵਰਣ ਸਣੇ ਵੱਖ-ਵੱਖ ਸੈਕਟਰਾਂ ਵਿੱਚੋਂ ਸਟਾਰਟਅਪਸ ਨੁਮਾਇੰਦੇ ਭਾਗ ਲੈਣਗੇ ਇਸ ਪ੍ਰੋਗਰਾਮ ਲਈ 150 ਤੋਂ ਵੱਧ ਉਦਮਾਂ ਨੂੰ 6 ਕਾਰ ਸ਼ੀਲਡਸ ਮੂਹਾਂ ਵਿੱਚ ਵਿਸ਼ਿਆਂ ਦੇ ਆਧਾਰ ਤੇ ਵੰਡਿਆ ਗਿਆ ਹੈ ਅਤੇ ਹਰੇਕ ਸਮੂਹ ਵੱਲੋਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਇੱਕ ਪੇਸ਼ਕਾਰੀ ਦਿੱਤੀ ਜਾਵੇਗੀ 10 ਜਨਵਰੀ ਤੋਂ ਸੈਲੀਬ੍ਰੇਟਿੰਗ ਇਨੋਵੇਸ਼ਨ ਇਕੋਸਿਸਟਮ ਨਾ ਦਾ ਹਫਤਾ ਪਰ ਚੱਲਣ ਵਾਲੇ ਪ੍ਰੋਗਰਾਮ ਦੀ ਅੱਜ ਰਸਮੀ ਸਮਾਪਤੀ ਹੋਵੇਗੀ ਪ੍ਰਧਾਨ ਮੰਤਰੀ ਵੱਲੋਂ ਉਦਮਾ ਨਾਲ ਗੱਲਬਾਤ ਤੇ ਇਸ ਸੈਸ਼ਨ ਦਾ ਆਯੋਜਨ ਬਣਾ ਜਤੇ ਸਨਤ ਮੰਤਰਾਲੇ ਦੇ ਉਦਯੋਗ ਤੇ ਅੰਤਰੂਨੀ ਵਪਾਰ ਪ੍ਰੋਸਾਹਨ ਵਿਭਾਗ ਵੱਲੋਂ ਆਜ਼ਾਦੀ ਕਾਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਕਰਵਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਸਟਾਰਟਅਪਸ ਇੰਡੀਆ ਪੈਲ ਦੀ 6ਵੀਂ ਵਰੇਗੰਢ ਨੂੰ ਵੀ ਸਮਰਪਿਤ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਸੂਬੇ ਵਿੱਚ ਆਜ਼ਾਦ ਤੇ ਨਿਰਪੱਖ ਚੋਣਾ ਕਰਵਾਉਣ ਲਈ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਇਸ ਵਚਨਬੱਧਤਾ ਤਹਿ ਸੂਬੇ ਵਿੱਚ 1028 ਅਤੀ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਇਸ ਤੋਂ ਇਲਾਵਾ 1131 ਅਜਿਹੇ ਵਿਅਕਤੀ ਪਛਾਣੇ ਗਏ ਨੇ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਚੌਂਕ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਵਿੱਚੋਂ 362 ਵਿਅਕਤੀਆਂ ਖਿਲਾਫ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਸੂਬੇ ਵਿੱਚ ਲਾਇਸੈਂਸੀ ਹਥਿਆਰਾਂ ਨੂੰ ਜਮ੍ਹਾਂ ਕਰਵਾਉਣ ਦਾ ਅਮਲ ਅਜੇ ਚੱਲ ਪਿਆ ਹੈ ਡਾਕਟਰ ਐਸ ਕਰਨਾ ਰਾਜੂ ਨੇ ਦੱਸਿਆ ਕਿ ਚੌਂਕ ਜ਼ਾਬਤਾ ਲਾਗੂ ਕਰਵਾਉਣ ਵਾਲੀਆਂ ਟੀਮਾਂ ਵੱਲੋਂ ਸਰਕਾਰੀ ਜਾਇਦਾਦਾਂ ਤੋਂ 49852 ਤੇ ਨਿੱਜੀ ਜਾਇਦਾਦਾਂ ਤੋਂ 16900 ਪੋਸਟਰ ਬੈਨਰ ਅਤੇ ਪੈਂਫਲਟ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਅਦਰਸ਼ ਚੋਣ ਜਾਬਤੇ ਦੀ ਇਨ ਬਿਨ ਪਾਲਣ ਲਈ ਸੁਚੇਤ ਅਤੇ ਜਾਬਤੇ ਦੇ ਉਲੰਘਣਾ ਦੀ ਕਿਸੇ ਵੀ ਹਰਕਤ ਤੇ ਕਾਰਵਾਈ ਲਈ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ 11 ਹਲਕਿਆਂ ਵਿੱਚ ਨਾਮਜ਼ਦਗੀਆਂ ਭਰਨ ਲਈ ਸਥਾਨਾਂ ਦਾ ਐਲਾਨ ਕੀਤਾ ਗਿਆ ਹੈ ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੈਰਾ ਨੇ ਦੱਸਿਆ ਕਿ ਕੌਣ ਸਮਾਚਾਰਨੀ ਮੁਤਾਬਕ 21 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਤੇ 28 ਜਨਵਰੀ ਤੱਕ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾ ਸਕਣਗੇ ਅਤੇ 29 ਜਨਵਰੀ ਨੂੰ ਇਹ ਪਹਿਲਾ ਪੜਾਅਲ ਹੋਵੇਗੀ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਵੱਲੋਂ ਪਰਚੇ ਦਾਖਲ ਕਰਨ ਦੇ ਸਥਾਨ ਨਿਰਧਾਰਿਤ ਕੀਤੇ ਜਾ ਚੁੱਕੇ ਨੇ ਅਤੇ ਸਬੰਧਤ ਅਮਲੇ ਨੂੰ ਤਿਆਰ ਬਰ ਤਿਆਰ ਕੀਤਾ ਗਿਆ ਹੈ 26 ਜਨਵਰੀ ਨੂੰ ਗਨਤੰਤਰ ਦਿਵਸ ਮੌਕੇ ਸੂਬਾ ਪਧਰੀ ਸਮਾਗਮ ਸਾਬਜਾਦਾ ਅਜੀਤ ਸਿੰਘ ਨਗਰ ਵਿਖੇ ਕਰਵਾਇਆ ਜਾਵੇਗਾ ਜਿੱਥੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲਪ੍ਰੋਹਿ ਤਿਰੰਗਾ ਝੰਡਾ ਲਹਿਰਾਉਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਵਿਖੇ ਕਰਵਾਏ ਜਾਣ ਵਾਲੇ ਗਨਤੰਤਰ ਦਿਵਸ ਸਮਾਗਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੌਮੀ ਝੰਡਾ ਲਹਿਰਾਉਣਗੇ 40 ਮੁਕਤਿਆਂ ਨੂੰ ਸਮਰਪਤ ਸ੍ਰੀ ਮੁਖਸਰ ਸਾਹਿਬ ਵਿਖੇ ਮਾਗੀ ਮੇਲੇ ਦੇ ਅੱਜ ਤੀਜੇ ਅਤੇ ਆਖਰੀ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਮਾਗੀ ਮੇਲੇ ਦੀ ਅੱਜ ਰਸਮੀ ਸਮਾਪਤੀ ਦੇ ਮੌਕੇ ਗੁਰਦੁਆਰਾ ਟੀਬੀ ਸਾਹਿਬ ਵਿਖੇ ਨਿਹੰਗ ਸਿੰਘਾਂ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਜਾਣਗੇ ਅਤੇ ਘੋੜ ਦੌੜ ਕਰਵਾਈ ਜਾਵੇਗੀ ਐਸ ਮੋਕੇ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸ੍ਰੀ ਦਰਬਾਰ ਸਾਹਿਬ ਮੁਖਰਤ ਸਾਹਿਬ ਵਿਖੇ ਨਤਮਸਤਕ ਹੋਏ ਐਸ ਤੋਂ ਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਪਵਿੱਤਰ ਦਿਹਾੜਾ ਸਾਨੂੰ ਸੁਨੇਹਾ ਦਿੰਦਾ ਹੈ ਕਿ ਅਸੀਂ ਵੀ ਗੁਰੂ ਸਿਧਾਂਤਾਂ ਤੇ ਪੈਰਾ ਦਈਏ ਦੇਸ਼ ਭਾਰ ਵਿੱਚ ਅੱਜ ਸੈਨਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਰੇ ਫੌਜ ਦਫ਼ਤਰਾਂ ਅਤੇ ਹੈੱਡਕੁਆਰਟਰਾਂ ਵਿੱਚ ਵੀ ਅੱਜ ਭਾਰਤੀ ਸੈਨਾ ਦਿਵਸ ਸੰਬੰਧੀ ਸਮਾਗਮ ਕਰਵਾਏ ਜਾ ਰਹੇ ਨੇ ਅੱਜ ਦੇ ਹੀ ਦਿਨ ਦੇਸ਼ ਦੇ ਪਹਿਲੇ ਕਮਾਂਡਰ ਇਨ ਚੀਫ ਫੀਲਡ ਮਾਰਸ਼ਲ ਕੀ ਐਮ ਕਰਯਾ ਪਾ ਵੱਲੋਂ ਉਹਦਾ ਸੰਭਾਲਣ ਦੀ ਯਾਦ ਵਿੱਚ ਮਨਾਇਆ ਜਾਂਦਾ ਏ ਸਿਆਣਾ ਦਿਵਸ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਨੂੰ ਵੀ ਸਮਰਪਿਤ ਏ ਸਿਆਣਾ ਦਿਵਸ ਹਰ ਬਰੇ ਦਿੱਲੀ ਕੈਂਟ ਵਿੱਚ ਕਰਯਾ ਪਾ ਪਰੇਡ ਗਰਾਊਂਡ ਵਿੱਚ ਸਿਆਣਾ ਦਿਵਸ ਪਰੇਡ ਕਰਵਾਈ ਜਾਂਦੀ ਏ ਇਸ ਮੌਕੇ ਅੱਜ ਭਾਰਤ ਪਾਕ ਕੋ ਮੰਤਰੀ ਸਰਹਾਦ ਤੇ ਲੋਂਗੇਵਾਲਾ ਜੈਸਲਮੇਰ ਵਿਖੇ ਖਾਦੀ ਦਾ ਬਣਿਆ ਕੌਮੀ ਝੰਡਾ ਲਹਿਰਾਇਆ ਜਾਵੇਗਾ ਉਪਰਾਸ਼ਟਪਤੀ ਐਮ ਬੈਂਕ ਕਯਾ ਨਾਇਡੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿਆਣਾ ਦਿਵਸ ਮੌਕੇ ਅਧਿਕਾਰੀਆਂ ਤੇ ਸੈਨਿਕਾਂ ਨੂੰ ਵਧਾਈ ਦਿੱਤੀ ਰੱਖਿਆ ਮੰਤਰਾਲੇ ਨੇ ਸਾਬਕਾ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਤਿੰਨ ਨਵੀਆਂ ਪਹਿਲ ਕਦਮੀਆਂ ਕੀਤੀਆਂ ਨੇ ਮੰਤਰਾਲੇ ਦੇ ਐਕਸ ਸਰਵਿਸਮੈਨ ਵੈਲਫੇਅਰ ਵਿਭਾਗ ਵੱਲੋਂ 320 ਕਰੋੜ ਰੁਪਏ ਹਥਿਆਰਬੰਦ ਫੋਰਸਾਂ ਦੇ ਚੰਡਾ ਦਿਵਸ ਫੰਡ ਲਈ ਜਾਰੀ ਕੀਤੇ ਗਏ ਨੇ ਜਿਸ ਦਾ ਲਾਭ ਸਾਬਕਾ ਫੌਜੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗਾ ਇਸ ਫੰਡ ਨਾਲ ਸਾਬਕਾ ਫੌਜੀਆਂ ਦੇ 1.68 ਲੱਖ ਤੋਂ ਵੱਧ ਵਾਰਸਾਂ ਅਤੇ ਵਿਧਵਾ ਔਰਤਾਂ ਨੂੰ ਲਾਭ ਮਿਲੇਗਾ ਮੰਤਰਾਲੇ ਵੱਲੋਂ ਸਾਬਕਾ ਫੌਜੀਆਂ ਅਤੇ ਪਰਿਵਾਰਕ ਪੈਨਸ਼ਨ ਲਈ ਰੱਖਿਆ ਪੈਨਸ਼ਨ ਸ਼ਿਕਾਇਤ ਨਿਵਾਰਣ ਪੋਰਟਲ ਲਾਂਚ ਕੀਤਾ ਗਿਆ ਹੈ ਜਿਸ ਰਾਹੀਂ ਸਾਬਕਾ ਫੌਜੀ ਅਤੇ ਉਨ੍ਹਾਂ ਦੇ ਆਸ਼ਰਿਤ ਪੈਨਸ਼ਨ ਨਾਲ ਸੰਬੰਧਿਤ ਸ਼ਿਕਾਇਤਾਂ ਦਾ ਜਲਦੀ ਨਿਬਟਾਰਾ ਕਰਵਾ ਸਕਣਗੇ ਜਮੂ ਕਸ਼ਮੀਰ ਦੇ ਰਾਜੋਰੀ ਸੈਕਟਰ ਵਿੱਚ ਕੱਲ ਅਚਨਚੇਤ ਹੋਈ ਗੋਲੀਬਾਰੀ ਦੌਰਾਨ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਰੱਖਿਆ ਸੂਤਰਾਂ ਮੁਤਾਬਕ ਗੋਲੀਬਾਰੀ ਵਿੱਚ ਦੋਵੇਂ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ ਜੋ ਬਾਅਦ ਵਿੱਚ ਪ੍ਰਾਨ ਤਿਆ ਗਏ ਸ਼ਹੀਦ ਜਵਾਨਾਂ ਵਿੱਚੋਂ ਇੱਕ ਨਵਰਾਜ ਸਿੰਘ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਜੱਟਾਂ ਨਾਲ ਸੰਬੰਧਿਤ ਸੀ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ MI-17 ਦੇ 8 ਦਸੰਬਰ 2021 ਨੂੰ ਵਾਪਰੇ ਹਾਦਸੇ ਸਬੰਧੀ ਤਿੰਨ ਸਿਨਾਵਾਵਾਂ ਦੀ ਕੋਰਟ ਆਫ ਇਨਕੁਆਇਰੀ ਨੇ ਮੁੱਢਲੀ ਜਾਂਚ ਰਿਪੋਰਟ ਪੇਸ਼ ਕੀਤੀ ਹੈ। ਇਸ ਹਾਦਸੇ ਵਿੱਚ CDS ਵਿਪਨ रावत ਸਣੇ 14 ਜਣੇ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਾਂਚ ਟੀਮ ਨੇ ਹੈਲੀਕਾਪਟਰ ਦਾ ਫਲਾਈਟ ਡਾਟਾ ਰਿਕਾਰਡਰ ਅਤੇ ਕੋਕਪਿਟ ਵਾਈਸ ਰਿਕਾਰਡਰ ਦੀ ਜਾਂਚ ਸਣੇ ਕਈ ਪ੍ਰਤੱਖਦਰਸ਼ੀ ਗਵਾਹਾਂ ਕੋਲੋਂ ਪੁੱਛ ਪੜਤਾਲ ਕਰਨ ਤੋਂ ਬਾਅਦ ਇਹ ਰਿਪੋਰਟ ਪੇਸ਼ ਕੀਤੀ ਹੈ ਕੋਰਟ ਆਫ ਇਨਕੁਆਰੀ ਨੇ ਇਸ ਹਾਦਸੇ ਲਈ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਅਸਫਲਤਾ ਲਾਪਰਵਾਹੀ ਅਤੇ ਸਾਬੋਤਾਜ ਤੋਂ ਇਨਕਾਰ ਕੀਤਾ ਹੈ ਮੋਡਲੀ ਰਿਪੋਰਟ ਮੁਤਾਬਕ ਇਹ ਹਾਦਸਾ ਹੈਲੀਕਾਪਟਰ ਦੇ ਸੰਘਣੇ ਬੱਦਲਾਂ ਵਿੱਚ ਦਾਖਲ ਹੋਣ ਕਾਰਨ ਮੌਸਮ ਵਿੱਚ ਅਚਨਤੇਤੀ ਬਦਲਾਅ ਕਾਰਨ ਵਾਪਰਿਆ ਹੋ ਸਕਦਾ ਹੈ ਇਸ ਮੋਡਲੀ ਪੜਤਾਲ ਦੇ ਆਧਾਰ ਤੇ ਕੋਰਟ ਆਫ ਇਨਕੁਆਰੀ ਨੇ ਕੁਝ ਸਿਫਾਰਸ਼ਾਂ ਕੀਤੀਆਂ ਨੇ ਜਿਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਓਮਿਕਰੋਨ ਵੇਰੀਐਂਟਸ ਨੇ ਕੋਵਿਡ-19 ਦੀ ਲਾਗ ਦਾ ਘੱਟ ਖਤਰਾ ਹੈ। ਸਿਹਤ ਮੰਤਰਾਲੇ ਦੇ ਸਹਿਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਜੋ ਤੱਥ ਸਾਹਮਣੇ ਆਏ ਨੇ, ਉਨ੍ਹਾਂ ਮੁਤਾਬਕ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਘੱਟ ਗਿਣਤੀ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਪਈਏ ਅਤੇ ਨਾਲ ਹੀ ਲਾਗ ਦੇ ਜ਼ਿਆਦਾ ਖਤਰਨਾਕ ਲੱਛਣ ਦਿਖਾਈ ਨਹੀਂ ਦਿੱਤੇ। ਉਨਾ ਕਹਿਆ ਕਿ ਸਰਕਾਰ ਟੀਕਾ ਕਰਨ ਦਾ ਦਾਇਰਾ ਵਧਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਸਹਿਯੁਕਤ ਸਕੱਤਰ ਨੇ ਟੀਕਾ ਕਰਨ ਮੁਹਿੰਮ ਨੂੰ ਮਜ਼ਬੂਤ ਕਰਨ ਵਿੱਚ ਆਸ਼ਾ ਵਰਕਰਾਂ ਸਾਡੇ ਸਾਰੇ ਸਿਹਤ ਕਰਮਚਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਅਜਿਹੇ ਕਰਮਚਾਰੀਆਂ ਸਦਕਾ ਹੀ ਦੇਸ਼ ਦੇ ਦੂਰ ਦਰਾਡੇ ਇਲਾਕਿਆਂ ਵਿੱਚ ਯੋਗ ਲੋਕਾਂ ਦਾ ਕੋਵਿਡ ਟੀਕਾ ਕਰਨਾ ਸੰਭਵ ਹੋ ਸਕਿਆ ਹੈ ਲਗ ਅਕਰਵਾਲ ਨੇ ਲੋਕਾਂ ਨੂੰ ਵੀ ਟੀਕਾ ਕਰਨ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਸਿਹਤ ਮੰਤਰਾਲੇ ਨੇ ਕੋਵਿਡ-19 ਨਾਲ ਮੌਤਾਂ ਦੀ ਗਿਣਤੀ ਵਿੱਚ ਵਾਧੇ ਦਾ ਦਾਵਾ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਨੂੰ ਸਿਰਿਆਂ ਖਾਰਜ ਕੀਤਾ ਹੈ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਰਿਪੋਰਟਾਂ ਤੱਥਾਂ ਤੋਂ ਬਿਨਾਂ ਅਤੇ ਗੁੰਮਰਾਹਕੁੰਨੇ ਬਿਆਨ ਮੁਤਾਬਕ ਇਨਾ ਮੀਡੀਆ ਰਿਪੋਰਟਾਂ ਵਿੱਚ ਕੋਵਿਡ ਦੀਆਂ ਪਿਛਲੀਆਂ ਦੋ ਲਹਿਰਾਂ ਦੌਰਾਨ 30 ਲੱਖ ਤੋਂ ਵੱਧ ਮੌਤਾਂ ਦਾ ਦਾਅਵਾ ਕੀਤਾ ਗਿਆ ਜਦਕਿ ਅਸਲ ਵਿੱਚ ਇਹ ਗਿਣਤੀ ਬਹੁਤ ਘੱਟ ਹੈ ਮੰਤਰਾਲੇ ਨੇ ਕਿਹਾ ਹੈ ਕਿ ਮੌਤਾਂ ਦੀ ਰਜਿਸਟ੍ਰੇਸ਼ਨ ਪਿੰਡ ਜ਼ਿਲਾ ਅਤੇ ਸੂਬਾਈ ਪੱਧਰ ਤੇ ਕੀਤੀ ਜਾਂਦੀ ਹੈ ਜਿਸ ਦੀ ਪੂਰੀ ਨਿਗਰਾਨੀ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਨਮ ਅਤੇ ਮੌਤ ਦੇ ਪੰਜੀਕਰਨ ਦੀ ਵਿਧਾਨਕ ਪ੍ਰਕਿਰਿਆ ਹੈ ਜਿਸ ਮੁਤਾਬਕ ਇਹ ਮੀਡੀਆ ਰਿਪੋਰਟਾਂ ਬਿਲਕੁਲ ਬੇਬੁਨਿਆਦ ਨੇ ਮੰਤਰਾਲੇ ਵੱਲੋਂ ਕੋਵਿਡ ਨਾਲ ਹੋਈਆਂ ਮੌਤਾਂ ਦੇ ਵਰਗੀਕਰਨ ਦੀ ਵਿਸ਼ੇਸ਼ ਤੌਰ ਤੇ ਵਿਆਖਿਆ ਕੀਤੀ ਗਈ ਹੈ ਪਿਛਲੇ ਵਰੇ ਦਸੰਬਰ 2021 ਤੱਕ ਦੇਸ਼ ਦੀ ਸਮੁੱਚੀ ਬਰਾਮਦ 57.87 ਬਿਲੀਅਨ ਡਾਲਰ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਸਾਲ 2020 ਦੇ ਮੁਕਾਬਲੇ ਬੀਤੇ ਵਰੇ ਦਸੰਬਰ ਮਹੀਨੇ ਤੱਕ ਕੁੱਲ ਬਰਾਮਦ ਵਿੱਚ 33.86% ਤੋਂ ਵੱਧ ਦਾ ਇਜ਼ਾਫਾ ਦਰਜ ਕੀਤਾ ਗਿਆ ਹੈ ਜੋ ਕਿ ਇਸ ਵਰੇ ਵਧਣ ਦੀ ਸੰਭਾਵਨਾ ਹੈ। ਸਾਲ 2020 ਵਿੱਚ ਇਹ ਵਾਧਾ ਦਰ 25.05% ਰਹੀ। ਦੇਸ਼ ਦੇ ਕੁੱਲ ਬਰਾਮਦ ਵਿੱਚ ਵਪਾਰਕ ਵਸਤਾਂ ਅਤੇ ਸੇਵਾਵਾਂ ਨੂੰ ਸੇਕਤੂ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। April ਤੋਂ December 2021 ਤੱਕ ਸੰਯੁਕਤ ਬਰਾਮਦ 479 ਬਿਲੀਅਨ ਡਾਲਰ ਹੋ ਸਕਦੀ ਹੈ। ਸਨਤ ਅਤੇ ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ April ਤੋਂ December 2021 ਤੱਕ ਸਮੁੱਚੀ ਬਰਾਮਦ ਵਿੱਚ 57.33% ਦਾ ਵਾਧਾ ਦੇਖਿਆ ਗਿਆ। ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਸਟਾਰ ਸ਼ਟਲਰ ਪੀਵੀ ਸਿੰਧੂ ਅਤੇ ਲਖਸ਼ ਸੇਨ ਸਿੰਗਲਸ ਵਰਗ ਸੈਮੀਫਾਈਨਲ ਮੁਕਾਬਲਿਆਂ ਵਿੱਚ ਪਹੁੰਚ ਗਏ ਨੇ। ਕੱਲ ਖੇਡੇ ਗਏ ਕੁਆਰਟਰਫਾਈਨਲ ਮੁਕਾਬਲੇ ਵਿੱਚ ਸਿੰਧੂ ਨੇ ਹਮਵਤਨ ਅਸ਼ਮਿਤਾ ਚਲੀਹਾ ਨੂੰ 21-7 ਅਤੇ 21-18 ਦੇ ਫਰਕ ਨਾਲ ਹਰਾਇਆ, ਜਦਕਿ ਦੂਜੇ ਮੁਕਾਬਲੇ ਵਿੱਚ ਲਖਸ਼ ਸੇਨ ਨੇ ਐਚਐਸ ਪਰਨੋਏ ਨੂੰ 14-21, 21-9 ਅਤੇ 21-14 ਦੇ ਫਰਕ ਨਾਲ ਮਾਤ ਦਿੱਤੀ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆਰਐਨਯੂ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਬੁਲੇਟਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਨਾਲ ਗੱਲਬਾਤ ਕਰਨਗੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਸੂਬੇ ਵਿੱਚ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਦੰਤੰਤਰ ਦਿਵਸ ਮੁਕੇ ਸੂਬਾ ਪੱਦਰੀ ਸਮਾਗਮ ਸੱਜਦਾ ਅਜੀਤ ਸਿੰਘ ਨਗਰ ਵਿਖੇ ਕਰਵਾਇਆ ਜਾਵੇਗਾ ਦੇਸ਼ ਭਾਰਤਿਕ ਅੱਜ ਭਾਰਤੀ ਸਿਆਣਾ ਦਿਵਸ ਮਨਾਇਆ ਜਾ ਰਿਹਾ ਹੈ ਤੇਜ਼ ਦੇ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾ ਕੇ ਜਾਓ ਇਜਾਜ਼ਤ ਦਿਓ ਨਮਸਕਾਰ